ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਇਆ ਇੱਕ ਫਰਮਾਨ ਕੇ ਦਰਬਾਰ ਸਾਹਿਬ 'ਚ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜਿਸ ਦਾ ਕਈਆਂ ਨੇ ਵਿਰੋਧ ਕੀਤਾ ਤੇ ਕਈ ਇਸ ਦੇ ਹੱਕ 'ਚ ਸਨ। ਨਾ ਜਾਣੇ ਕਿੰਨਾ ਸਮਾਂ ਬੀਤ ਚੁੱਕਾ ਹੈ ਪਰ ਅਜਿਹਾ ਫਰਮਾਨ ਨਹੀਂ ਸੀ ਆਇਆ, ਤੇ ਫਿਰ ਹੁਣ ਕਿਉਂ? ਇਸੇ ਕਿਉਂ ਦਾ ਜਵਾਬ ਹੀ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ। ਜਿੱਥੇ ਹੁਣ ਇਹ ਵੀਡੀਓ ਦੇਖੋ, ਇਸ ਵੀਡੀਓ 'ਚ ਇੱਕ ਲੜਕੀ ਨਜ਼ਰ ਆ ਰਹੀ ਹੈ ਤੇ ਆਪਣਾ ਫਰਜ਼ ਸਮਝਦੇ ਹੋਏ ਅਸੀਂ ਸ਼ਕਲ ਨਹੀਂ ਦਿਖਾਵਾਂਗੇ ਪਰ ਤੁਸੀਂ ਹਰਕਤਾਂ ਜ਼ਰੂਰ ਦੇਖੋ। ਜਿੱਥੇ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਲੜਕੀ ਟਿਕਟੌਕ ਤੇ ਗਾਣੇ ਚਲਾ ਕੇ ਕੀ ਕਰ ਰਹੀ ਹੈ। ਪਹਿਲਾ ਗਾਣਾ ਸੂਟਾਂ 'ਚ ਲੱਗੇ ਸਰਦਾਰਨੀ, ਤੇ ਦੂਜਾ ਗਾਣਾ ਫੁੱਲ ਵਿਛਾ ਦੂੰਗਾ ਜਿੱਥੇ ਤੂੰ ਤੁਰਨਾ, ਸੱਚੀ ਫੁੱਲ ਵਿਛਾ ਦੂੰਗਾ ਜਿੱਥੇ ਜਿੱਥੇ ਤੂੰ ਤੁਰਨਾ, ਸੁੱਚਾ ਯਾਰ ਬਣਾ ਲੈ ਨੀ ਤੂੰ ਅੱਖਾਂ ਦਾ ਸੁਰਮਾ। ਸੋ ਦੇਖਿਆ ਤੁਸੀਂ, ਇਹ ਤਾਂ ਇੱਕ ਮਾਮਲਾ ਸੀ, ਅਜਿਹੇ ਹੋਰ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਸੋਸ਼ਲ ਮੀਡੀਆ ਤੇ ਵੀ ਲੋਕ ਅਜਿਹੇ ਮਾਮਲਿਆਂ ਦੀ ਨਿੰਦਾ ਕਰ ਰਹੇ ਨੇ ਕਿ ਗੁਰੂ ਦੇ ਘਰ ਇਹਨਾਂ ਲੋਕਾਂ ਨੂੰ ਅਦਮ ਨਾ ਰਹਿਣਾ ਚਾਹੀਦਾ ਹੈ, ਸ਼ਰਮ ਕਰਨੀ ਚਾਹੀਦੀ ਹੈ। ਤੇ ਵੀ ਉਹਨਾਂ ਕਾਰਨਾਂ 'ਚੋਂ ਇੱਕ ਹੈ ਜਿਨ੍ਹਾਂ ਕਰਕੇ ਦਰਬਾਰ ਸਾਹਿਬ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।